ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕੀ ਨਾ ਆਪਣਾ ਸੌਣ ਨੂੰ ਘਟਨਾ ਹੋਈ ਹੈ? ਘਟਨਾ ਇਹ ਹੋਈ ਹੈ ਕਿ ਜਿਵੇਂ ਮੈਂ ਅਸੀਂ ਬੈਠੇ ਸੀਗੇ ਬਾਹਰ ਪਾਣੀ ਵਾਲੀ ਟੈਂਕੀ ਕੋਲ, ਅਤੇ ਇੱਥੇ ਮਤਲਬ ਆਵਾਜ਼ ਹੀ ਆਈ ਸੀ, ਧਮਾਕਾ ਜਿਹਾ ਹੋਇਆ, ਅਸੀਂ ਉੱਠ ਕੇ ਭੱਜੇ ਆਏ ਅਤੇ ਮੁੰਡਾ ਆਇਆ ਸੀਗਾ, ਕਹਿੰਦਾ ਕੱਸੀ ਦੇ ਦੇ। ਅਸੀਂ ਪਤਾ ਨਹੀਂ ਕੀ ਸੋਚਿਆ ਕੀ ਹੋਇਆ, ਅਤੇ ਪਤਾ ਇੱਥੇ ਲਾ ਕੇ ਲੱਗਿਆ ਕਿ ਛੱਤ ਡਿੱਗੀ, 3 ਛੱਤਾਂ ਸੀਗੀਆਂ, ਕੱਚੀ ਛੱਤਾਂ ਹੈਗੀਆਂ, 90 ਸਾਲ ਹੋ ਗਏ ਬਣੇ ਨੂੰ ਦੀਵਾਰਾਂ ਨੂੰ, ਅਤੇ ਉਹ ਡਿੱਗੀਆਂ ਛੱਤਾਂ, ਅਤੇ ਉਹਦੇ ਵਿੱਚ ਜਿਹੜੇ ਡਾਕਟਰ ਸਾਹਿਬ ਸੀਗੇ ਨਿਕਲ ਕੇ ਅੱਗੇ ਜੀ, ਉਹਨਾਂ ਦੀ ਡੈਥ ਵੀ ਹੋ ਗਈ ਹੈ। ਘਟਨਾ ਇਹ ਹੋਈ ਹੈ ਕਿ ਜਿਵੇਂ ਮੈਂ ਅਸੀਂ ਬੈਠੇ ਸੀਗੇ ਬਾਹਰ ਪਾਣੀ ਵਾਲੀ ਟੈਂਕੀ ਕੋਲ, ਅਤੇ ਇੱਥੇ ਮਤਲਬ ਆਵਾਜ਼ ਹੀ ਆਈ ਸੀ, ਧਮਾਕਾ ਜਿਹਾ ਹੋਇਆ, ਅਸੀਂ ਉੱਠ ਕੇ ਭੱਜੇ ਆਏ ਅਤੇ ਮੁੰਡਾ ਆਇਆ ਸੀਗਾ, ਕਹਿੰਦਾ ਕੱਸੀ ਦੇ ਦੇ। ਅਸੀਂ ਪਤਾ ਨਹੀਂ ਕੀ ਸੋਚਿਆ ਕੀ ਹੋਇਆ, ਅਤੇ ਪਤਾ ਇੱਥੇ ਲਾ ਕੇ ਲੱਗਿਆ ਕਿ ਛੱਤ ਡਿੱਗੀ, 3 ਛੱਤਾਂ ਸੀਗੀਆਂ, ਕੱਚੀ ਛੱਤਾਂ ਹੈਗੀਆਂ, 90 ਸਾਲ ਹੋ ਗਏ ਬਣੇ ਨੂੰ ਦੀਵਾਰਾਂ ਨੂੰ, ਅਤੇ ਉਹ ਡਿੱਗੀਆਂ ਛੱਤਾਂ, ਅਤੇ ਉਹਦੇ ਵਿੱਚ ਜਿਹੜੇ ਡਾਕਟਰ ਸਾਹਿਬ ਸੀਗੇ ਨਿਖਿਲ ਤਿਆਗੀ ਜੀ, ਉਹਨਾਂ ਦੀ ਡੈਥ ਜੀ ਹੋ ਗਈ ਹੈ, ਅਤੇ ਮਤਲਬ ਉਹਨਾਂ ਨੂੰ ਹੁਣ ਹੋਸਪਿਟਲ ਰੈਫਰ ਕਰਤਾ, ਅਤੇ ਸਵੇਰੇ ਉਹਨਾਂ ਦੀ ਡੈਡ ਬੋਡੀ ਨੂੰ ਮਤਲਬ ਪੋਸਟਮਾਰਟਮ ਕਰਕੇ ਉਹਨਾਂ ਦੇ ਘਰਦੇ ਨੂੰ ਮਤਲਬ ਸੌਂਪ ਦਿੱਤੀ। ਸਰ, ਜਿਸ ਟਾਈਮ ਛੱਤ ਗਿਰੀ ਉਸ ਟਾਈਮ ਪੁਲਿਸ ਸਹਿਯੋਗ ਕਿੰਨਾ ਕੁ ਵਧੀਆ ਰਿਹਾ? ਸਰ, ਜਿਹੜੇ ਡੈਥ ਹੋਈ ਹੈ ਡਾਕਟਰ ਸਾਹਿਬ, ਉਹਨਾਂ ਪਤਾ ਪੂਰਾ ਨਾਮ ਕੀ ਸੀ ਉਹਨਾਂ ਦਾ? ਸਰ, ਨਿਤਿਨ ਤਿਆਗੀ, ਐਂ ਤਿਆਗੀ ਕਹਿੰਦੇ ਸੀ ਅਸੀਂ। ਸਰ, ਕਿੰਨੇ ਬੰਦੇ ਸੀ ਛੱਤ ਗਿਰੀ ਜਿਸ ਟਾਈਮ? ਉਸ ਟਾਈਮ 'ਤੇ ਸਰ 2-3 ਬੰਦੇ ਹੋਣਗੇ, ਬਾਕੀ ਤਾਂ ਕੋਈ ਇੱਥੇ ਕੋਈ ਬਾਹਰ ਘੁੰਮ ਰਹੇ ਸੀ, ਕੋਈ ਇੱਕ ਬੰਦਾ ਕੋਈ ਚਾਹ ਬਣਾ ਰਿਹਾ ਸੀਗਾ, ਬਾਕੀ ਡਾਕਟਰ ਸਾਹਿਬ ਤਾਂ ਵੈਸੇ ਬਾਹਰ ਹੀ ਆਏ ਸੀਗੇ ਥੋੜ੍ਹੀ ਦੇਰ ਪਹਿਲਾਂ, ਅਸੀਂ ਦੇਖਿਆ ਸੀਗਾ, ਪਰ ਉਹ ਅੰਦਰ ਗਏ ਆ ਜਿਵੇਂ ਬੈਠੇ ਆ, ਕੁਦਰਤੀ ਘਟਨਾ ਹੋ ਗਈ, ਪਤਾ ਨਹੀਂ ਕੀ ਰੱਬ ਵੱਲੋਂ ਮਨਜ਼ੂਰ ਜੋ ਵੀ ਹੈ। ਸਹਿਯੋਗ ਵਧੀਆ ਸੀਗਾ ਸਰ, ਜਿਹੜੇ ਮੌਕੇ ਦੇ ਵਾਰਦਾਤ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚ ਗਈ ਸੀ, ਨਵਦੀਪ ਭੱਟੀ ਜੀ ਹੈਗੇ, SHO ਸਾਹਿਬ ਅਤੇ DSP ਸਾਹਿਬ ਪਹੁੰਚ ਗਏ ਸੀਗੇ, ਨਾਲ ਜਿਹੜੇ ਉਹਨਾਂ ਦੇ ਮੁਲਾਜ਼ਮ ਹੈਗੇ ਥਾਣੇ ਤੋਂ, ਉਹ ਵੀ ਆਪਦੀ ਕਾਰਵਾਈ 'ਤੇ ਮਤਲਬ ਮੁਤਾਬਕ ਪਹੁੰਚ ਗਏ ਸੀਗੇ, ਸਾਰਿਆਂ ਨੇ ਸਹਿਯੋਗ ਕਰਕੇ ਜਿਵੇਂ ਵੀ ਹੈ ਮਿਲ ਕੇ ਬਾਹਰ ਕੱਢਿਆ, ਸਾਰਾ ਸਮਾਨ ਉਹਨਾਂ ਦੇ ਘਰਦਿਆਂ ਦੇ ਜਿਹੜੇ ਹਵਾਲਾ ਕਰਤਾ, ਅਤੇ ਬਾਕੀ ਹੁਣ ਪੋਸਟਮਾਰਟਮ ਤੋਂ ਬਾਅਦ ਸਵੇਰੇ ਭੱਟੀ ਸਾਹਿਬ ਜੀ ਨੇ ਕਿਹਾ ਕਿ ਮਤਲਬ ਸਵੇਰੇ ਡੈੱਡ ਬੋਡੀ ਜੋ ਵੀ ਹੈ ਉਹਨਾਂ ਦੇ ਘਰ ਦੇ। ਦੱਸ ਦਿਓ ਵੀ ਘਟਨਾ ਕਿਹੜੇ ਸ਼ਹਿਰ ਅਤੇ ਕਿਹੜੀ ਥਾਂ 'ਤੇ ਹੋਈ ਅਤੇ ਕਿਹੜੀ ਸਥਾਨ 'ਤੇ ਹੋਈ? ਜੇ ਘਟਨਾ ਜੀ ਪਾਣੀ ਵਾਲੀ ਟੈਂਕੀ ਘਾਹ ਮੰਡੀ ਭਾਰਤ ਮੈਡੀਕਲ ਦੇ ਕੋਲ ਹੈ ਇਹ ਘਟਨਾ ਹੋਈ ਹੈ। ਕਿਹੜਾ ਸ਼ਹਿਰ ਸਰ? ਫਾਜ਼ਿਲਕਾ ਸਰ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 466 7009।